ਸਸਿਗਲ ਜੀ ਤੁਸੀਂ ਜੁੜੇ ਹੋ ਲਾਈਵ ਭਾਰਤੇ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਸਰੰਗਲ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅੱਜ ਹਲਕਾ ਫਤੇਗੜ ਚੂੜੀਆਂ ਅਧੀਨ ਪੈਂਦੇ ਪਿੰਡ ਮਾਨਸੈਂਡ ਵਿਖੇ ਨਵੀਂ ਪਸ਼ੂ ਡਿਫੈਂਸੀ ਦਾ ਉਦਘਾਟਨ ਕਰਨ ਪਹੁੰਚੇ ਨੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਪੰਨੂ ਜੀ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਡਿਪਟੀ ਡਾਇਰੈਕਟਰ ਡਾਕਟਰ ਸ਼ਾਮ ਸਿੰਘ ਜੀ ਆਪਾਂ ਪੰਨੂ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਅੱਜ ਜਿਹੜੀ ਇਹ ਡਿਸਪੈਂਸਰੀ ਖੋਲੀ ਗਈ ਹੈ ਇਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਆ ਦੱਸੋ ਪੰਨੂ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਪਿੰਡ ਸਾਰੇ ਮਾਨਸਨਵਾਲ ਦੀ ਪੰਚਾਇਤ ਤੇ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਇਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀ ਅੱਜ ਇਹਨਾਂ ਦੀ ਜੋ ਜਦਨਾ ਸਦਕਾ ਸਾਰੇ ਪਿੰਡ ਦੀ ਇੱਕਜੁੱਟਤਾ ਦੀ ਇਹਨਾਂ ਨੇ ਮਿਸਾਲ ਦਿੱਤੀ ਹੈ ਅੱਜ ਇਹਨਾਂ ਨੇ ਸਾਰਿਆਂ ਨੇ ਸਲਾਹ ਮਸ਼ਵਰਾ ਕਰਕੇ ਜੋ ਇੱਕ ਪਿੰਡ ਦੇ ਭਲੇ ਵਾਸਤੇ ਪੰਜ ਪਿੰਡਾਂ ਵਾਸਤੇ ਡਿਸਪੈਂਸਰੀ ਦੀ ਆਪਣੇ ਪਿੰਡ ਦੇ ਵਿੱਚ ਸਲਾਹ ਕੀਤੀ ਸੀ ਤੇ ਪੰਜ ਪਿੰਡਾਂ ਨੂੰ ਸਾਡੇ ਪੰਜਾਂ ਪਿੰਡਾਂ ਨੂੰ ਬਹੁਤ ਜ਼ਿਆਦਾ ਲੋੜ ਸੀ ਸਾਡੇ ਪਸ਼ੂਆਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਸੀ ਉਨਾ ਵਕਤੇ ਬਹੁਤ ਦੂਰ ਲੈ ਕੇ ਜਾਣਾ ਪੈਂਦਾ ਸੀ ਇਸ ਕਰਕੇ ਸਾਡੇ ਜ਼ਿਲ੍ਹੇ ਤੋਂ ਡੈਕਟਰ ਸਾਹਿਬ ਪਹੁੰਚੇ ਨਹੀਂ ਡਿਪਟੀ ਡੈਕਟਰ ਸਾਹਿਬ ਪਹੁੰਚੇ ਨਹੀਂ ਇਹਨਾਂ ਦੀ ਜੋ ਇਹਨਾਂ ਨੂੰ ਸਨੇਹਾ ਗਿਆ ਸੀ ਇਹਨਾਂ ਦੇ ਸਨੇਹ ਤੇ ਸਾਡੇ ਪਿੰਡ ਵਾਸੀਆਂ ਤੇ ਜੋ ਪਿੰਡ ਪੰਜ ਸੀ ਇਹਨਾਂ ਨੇ ਫੁੱਲ ਚੜਾਏ ਨੇ ਤੇ ਅੱਜ ਪਿੰਡ ਮਾਨਸ਼ੰਡਵਾਲ ਚ ਪਸ਼ੂ ਡਿਸਪੈਂਸਰੀ ਦਾ ਜੋ ਉਦਘਾਟਨ ਕੀਤਾ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਹਨਾਂ ਦੇ ਪਿੰਡ ਨੂੰ ਬੁੱਧ ਬਖਸ਼ੇ ਔਰ ਜੋ ਅੱਜ ਡਿਸਪੈਂਸਰੀ ਖੋਲੀ ਹੈ ਇਸ ਡਿਸਪੈਂਸਰੀ ਦੇ ਸਟਾਫ ਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਇਹਨਾਂ ਨੇ ਬਹੁਤ ਹੀ ਜਲਦ ਬਹੁਤ ਹੀ ਜਲਦ ਸਨੇਹੇ ਦੇ ਉੱਤੇ ਜੋ ਇਹਨਾਂ ਨੇ ਅੱਜ ਪਿੰਡ ਦੇ ਵਿੱਚ ਡਿਸਪੈਂਸਰੀ ਜੋ ਤਿਆਰ ਕੀਤੀ ਹੈ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਹੋਰ ਵੀ ਪਿੰਡਾਂ ਦੇ ਵਿੱਚ ਅਸੀਂ ਪੰਜ-ਪੰਜ ਪਿੰਡਾਂ ਦੇ ਵਿੱਚ ਇੱਕ ਡਿਸਪੈਂਟਰੀ ਤਿਆਰ ਕਰਾਂਗੇ ਤਾਂ ਜੋ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਜਿਹੜੇ ਮਜ਼ਦੂਰ ਵੀਰ ਨੇ ਪਿੰਡਾਂ ਦੇ ਵਿੱਚ ਜਿੰਨੀ ਵੀ ਸਾਡੀ ਸੰਗਤ ਰਹਿ ਰਹੀ ਹੈ ਉਹਨਾਂ ਨੂੰ ਕੋਈ ਆਪਣੇ ਪਸ਼ੂਆਂ ਨੂੰ ਦੂਰ ਲੈ ਕੇ ਜਾਂਚ ਮੁਸ਼ਕਲ ਨਾ ਆਵੇ ਕਿਉਂਕਿ ਸਾਨੂੰ ਲੋਕਲ ਜੋ ਛੋਟੀਆਂ-ਛੋਟੀਆਂ ਮੁਸ਼ਕਲਾਂ ਨੇ ਉਹ ਲੋਕਲੀ ਅਸੀਂ ਹੱਲ ਕਰ ਸਕੀਏ ਆਪਣੀਆਂ ਪਸ਼ੂ ਪਾਲਣ ਭਾਗ ਜਿੱਥੇ ਪਸ਼ੂਆਂ ਦੀ ਬਰੀਡ ਇੰਪਰੂਵਮੈਂਟ ਦੀ ਗੱਲ ਕਰਦਾ ਜਿੱਥੇ ਪਸ਼ੂਆਂ ਦੀ ਸਿਹਤ ਸੰਭਾਲ ਦੀ ਗੱਲ ਕਰਦਾ ਉੱਥੇ ਹੀ ਪਸ਼ੂ ਪਾਲਣ ਭਾਗ ਵੱਲੋਂ ਬਿਲਡਿੰਗ ਦੀ ਸਟਰੈਂਥਨਿੰਗ ਵਾਸਤੇ ਵੀ ਜਿਹੜੀ ਆ ਉਹ ਕਾਰਵਾਈ ਕੀਤੀ ਜਾਂਦੀ ਆ ਅੱਜ ਪਿੰਡ ਮਾਂਡ ਸਾਈਡ ਵਾਲ ਵਿਖੇ ਪਸ਼ੂ ਡਿਸਪੈਂਸੀ ਦਾ ਜਿਹੜਾ ਉਤ்கਾਟਨ ਕੀਤਾ ਜਾ ਰਿਹਾ ਹੈ ਇਹ ਪਸ਼ੂ ਡਿਸਪੈਂਸੀ ਪੰਜਾਬ ਲਾਈਸਟਾਇਰ ਡਵੈਲਪਮੈਂਟ ਬੋਰਡ ਤੋਂ ਪ੍ਰਾਪਤ ਪੈਸੇ ਨਾਲ ਜਿਹੜੀ ਆ ਇਹ ਬਣਾਈ ਜਾ ਰਹੀ ਆ ਇਹ ਪਸ਼ੂ ਡਿਸਪੈਂਸਰੀ ਪਹਿਲਾਂ ਪਿੰਡ ਦੇ ਵਿੱਚ ਸੀ ਜਿਹਦੀ ਬੜੀ ਖਸਤਾ ਹਾਲਤ ਸੀ ਹੁਣ ਇਹ ਪਸ਼ੂ ਡਿਸਪੈਂਸਰੀ ਨਵੀਂ ਤਿਆਰ ਕੀਤੀ ਗਈ ਆ ਪਿੰਡ ਦੇ ਸਹਿਯੋਗ ਨਾਲ ਇਹਨਾਂ ਦਾ ਵਧੀਆ ਇਹਨਾਂ ਨੇ ਸਫਾਈ ਸੁਈ ਇੱਥੇ ਵਧੀਆ ਆਪਣੇ ਦੇ ਕੇ ਜ਼ਮੀਨ ਦੇ ਕੇ ਮਤਾ ਪਾ ਕੇ ਤੇ ਨਵੀਂ ਬਣਾਈ ਗਈ ਆ ਤੇ ਪਸ਼ੂ ਪਾਲਣ ਭਾਗ ਹਲਤੋਂ ਇੱਥੇ ਨਵੇਂ ਵੈਟਰੀ ਇਨਸਪੈਕਟਰ ਜਿਹੜੇ ਆ ਉਹ ਵੀ ਲਗਾਏ ਗਏ ਹਨ ਤੇ ਮੈਨੂੰ ਉਮੀਦ ਆ ਨਵੇਂ ਜਿਹੜੇ ਵੈਟਰੀ ਇਨਸਪੈਕਟਰ ਜਿਹੜੇ 3-4 ਮਹੀਨੇ ਹੋਏ ਆ ਜਿਹਨਾਂ ਨੂੰ ਆਏ ਨੂੰ ਉਹਨਾਂ ਇਸ ਨਵੀਂ ਡਿਸਪੈਂਸਰੀ ਵਿੱਚ ਵਧੀਆ ਜਿੱਥੇ ਨਵੀਂ ਡਿਸਪੈਂਸਰੀ ਮਿਲਿਆ ਉੱਥੇ ਵਧੀਆ ਜਿਹੜਾ ਕੰਮ ਜਿਹੜਾ ਪਿੰਡ ਦੀ ਜਿਹੜੀ ਆ ਪਸ਼ੂਆਂ ਦੀ ਸਿਹਤ ਸੰਭਾਲ ਲਈ ਵਧੀਆ ਕੰਮ ਕਰਨਗੇ ਸਭ ਪਸ਼ੂਆਂ ਨੂੰ ਵਾਫਤ ਰੋਗਾ ਤੋਂ ਬਚਾਉਣ ਲਈ ਕੀ ਉਪਰਾਲਾ ਕੀਤਾ ਗਿਆ ਪਸ਼ੂਆਂ ਦੀ ਜਿਹੜੀ ਜਿੱਦਾਂ ਅੱਜਕੱਲ੍ਹ ਬਰਸਾਤੀ ਮੌਸਮ ਸ਼ੁਰੂ ਹੋ ਗਿਆ ਹੈ ਤੇ ਪਸ਼ੂਆਂ ਦੀ ਸਿਹਤ ਸੰਭਾਲ ਨੂੰ ਪਸ਼ੂਆਂ ਨੂੰ ਇੱਕ ਬਰਸਾਤੀ ਮੌਸਮ ਦੇ ਵਿੱਚ ਗਲਕੁੱਟ ਦੀ ਬਿਮਾਰੀ ਹੁੰਦੀ ਹੈ ਉਸ ਗਲਕੁੱਟ ਦੀ ਬਿਮਾਰੀ ਨੂੰ ਬਚਾਉਣ ਲਈ ਪਸ਼ੂ ਪਾਲਣ ਭਾਗ ਵੱਲੋਂ ਗਲ ਕੋਟੂ ਦੇ ਟੀਕੇ ਜਿਹੜੇ ਆ ਇਹਨੂੰ ਆਪਾਂ ਬਰਸਾਤੀ ਮੌਸਮ ਦੇ ਟੀਕੇ ਵੀ ਕਹਿੰਦੇ ਆ ਨਾ ਉਹ ਲਗਾਏ ਜਾ ਰਹੇ ਨੇ ਵੈਕਸੀਨ ਜਿਹੜੀ ਪ੍ਰਾਪਤ ਹੋ ਚੁੱਕੀ ਆ ਤੇ ਜਿਹੜੀ ਆ ਇੱਕ ਤਰੀਕ ਤੋਂ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ ਤੇ ਹੁਣ ਜਿਹੜੇ ਪਿੰਡਾਂ ਵਿੱਚ ਲਗਾਏ ਜਾ ਰਿਹਾ ਪਸ਼ੂਆਂ ਨੂੰ ਤੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਅਪੀਲ ਆ ਤੇ ਆਪਣੇ ਪਸ਼ੂਆਂ ਨੂੰ ਗਲ ਕੋਟੂ ਦੇ ਟੀਕੇ ਬਚਾਉਣ ਉਹਦੇ ਕਰਾਉਣ ਦੀ ਵੈਕਸੀਨੇਸ਼ਨ ਕਰਾਓ ਟੀਕਾਕਰਨ ਕਰਾਓ ਤੇ ਆਪਣੇ ਕੀਮਤੀ ਪਸ਼ੂਆਂ ਨੂੰ ਬਚਾਓ